ਭੈਣੇ ਤੈਨੂੰ ਪਤਾ ਲੱਗਿਆ ਸਤਨਾਮ ਦੀ ਕੁੜੀ ਦਾ ਰਿਸ਼ਤਾ ਟੁੱਟ ਗਿਆ? ਹਾਂ, ਤੈਨੂੰ ਕਿਵੇਂ ਪਤਾ ਲੱਗ ਗਿਆ? ਮੈਨੂੰ ਉਹਦੀ ਮਾਂ ਦੇ ਚਾਚੇ ਦੇ ਬੋਏਫ੍ਰੈਂਡ ਦੇ ਉਸਾਮਾ ਬਿਨ ਲਾਦਨ ਦੇ ਮਾਸੀ ਦੇ ਭਰਾ ਦੇ ਸਦਾਮ ਹੁਸੈਨ ਦੀ ਭੈਣ ਦੀ ਭੈਣ ਦੇ ਸੱਸ ਤੋਂ ਪਤਾ ਲੱਗਿਆ। ਭੈਣੇ ਇੰਨੀ ਤਕਲੀਫ ਲੈਣ ਨਾਲੋਂ ਤੂੰ ਸਤਨਾਮ ਦੀ ਕੁੜੀ ਨੂੰ ਸਿੱਧਾ ਫੋਨ ਲਾ ਕੇ ਪੁੱਛ ਲੈਂਦੀ। ਉਹ ਪਰ ਸਾਨੂੰ ਕੀ, ਅਸੀਂ ਕੀ ਲੈਣਾ ਪੁੱਛ ਕੇ? ਮੈਂ ਕਹਾਂ ਤੇ ਆਪਣਾ ਟਾਈਮ ਵੇਸਟ ਕਰਾਂ, ਉਹਨਾਂ ਦਾ ਘਰ ਦਾ ਮਾਮਲਾ ਆ, ਸਾਨੂੰ ਕੀ? ਹਾਂ ਚਲੋ ਸਾਨੂੰ ਕੀ। ਭੈਣੇ ਤੈਨੂੰ ਪਤਾ ਨਿੰਮੋ ਦੀ ਕੁੜੀ ਰਾਤੋ ਰਾਤੀ ਕਾਲੇ ਨਾਲ ਘਰੋਂ ਭੱਜ ਗਈ। ਮੈਂ ਨੀ ਮੰਨਦੀ ਤੇਰੀ ਗੱਲ। ਕਿਉਂ? ਤੈਨੂੰ ਕਿਵੇਂ ਰਾਤ ਨੂੰ ਕਾਲਾ ਦਿਸ ਗਿਆ? ਮੈਂ ਪਹਿਲਾਂ ਮਿਲਟਰੀ ਜੁਆਇਨ ਕਰਕੇ ਉਹਨਾਂ ਦੀਆਂ ਨਾਈਟ ਵਿਜ਼ਨ ਦੀਆਂ ਐਨਕਾਂ ਲੈ ਕੇ ਪੂਰੀ ਇਨਵੈਸਟੀਗੇਸ਼ਨ ਕੀਤੀ। ਪਹਿਲਾਂ ਮੈਂ ਸੋਚਿਆ ਇਹ ਰਾਤ ਨੂੰ ਕਿੱਥੇ ਇਕੱਲੀ ਭੱਜਦੀ ਫਿਰਦੀ ਆ, ਫਿਰ ਮੈਂ ਨਾਈਟ ਵਿਜ਼ਨ ਦੀਆਂ ਐਨਕਾਂ ਲਾ ਕੇ ਦੇਖਿਆ, ਫਿਰ ਬਾਅਦ ਚੋਂ ਪਤਾ ਲੱਗਿਆ ਭੈਣੇ ਇਹ ਤਾਂ ਕਾਲਿਆਂ ਨਾਲ ਘੁੰਮਦੀ ਆ। ਉਹ ਚਲੋ ਸਾਨੂੰ ਕੀ, ਅਸੀਂ ਕੀ ਲੈਣਾ? ਉਹ ਮੇਰੇ ਕੋਲ ਨੀ ਟਾਈਮ ਹੈਗਾ ਏਦਾਂ ਦੀਆਂ ਚੀਜ਼ਾਂ ਵਾਸਤੇ, ਸੱਚੀ ਗੱਲ ਦੱਸਾਂ। ਹਾਂ ਚਲੋ ਸਾਨੂੰ ਕੀ। ਭੈਣੇ ਤੈਨੂੰ ਪਤਾ ਉਹ ਬਲਬੀਰ ਕੌਰ ਦੀ ਕੁੜੀ? ਹਾਂ। ਉਹ ਕੁੜੀ ਨੀ, ਉਹ ਮੁੰਡਾ ਆ। ਹਾਂ, ਤੈਨੂੰ ਕਿਦਾਂ ਪਤਾ? ਉਹ ਭੈਣੇ ਤੂੰ ਪੁੱਛੀ ਨਾ, ਚੱਲ ਮੈਂ ਤੈਨੂੰ ਦੱਸਦੀ ਹਾਂ। ਮੈਂ ਰਾਤੋਂ ਰਾਤੀ ਉਹਨਾਂ ਦੇ ਘਰ ਗਈ ਜਦੋਂ ਸਾਰੇ ਸੁੱਤੇ ਸੀ, ਫਿਰ ਮੈਂ ਕੁੜੀ ਦੇ ਕਮਰੇ ਵਿੱਚ ਗਈ, ਹੌਲੀ ਹੌਲੀ ਉਹਦੀ ਰਜਾਈ ਲਾ ਦਿੱਤੀ। ਫਿਰ ਕੀ ਹੋਣਾ ਸੀ? ਜਿਸ ਚੀਜ਼ ਦਾ ਡਰ ਸੀ ਉਹੀ ਗੱਲ ਹੋ ਗਈ। ਜਿਹੜਾ ਮੇਰੇ ਘਰ ਵਾਲੇ ਕੋਲ ਸਮਾਨ ਆ ਉਹੀ ਉਹ ਰੱਖੀ ਫਿਰਦੀ ਆ। ਉਹ ਪਰ ਸਾਨੂੰ ਕੀ, ਅਸੀਂ ਕੀ ਲੈਣਾ? ਮੈਂ ਨੀ ਟੈਨਸ਼ਨ ਲੈਣੀ, ਟੈਨਸ਼ਨ ਤਾਂ ਉਹਨੂੰ ਹੋਣੀ ਚਾਹੀਦੀ ਆ ਜਿਹਨੇ ਉਹਦੇ ਨਾਲ ਵਿਆਹ ਕਰਵਾਉਣਾ। ਇੱਕ ਮਿੰਟ ਭੈਣੇ। ਹੈਲੋ, ਖੁਸਰਾ ਕੌਰ ਸਪੀਕਿੰਗ, ਤੁਸੀਂ ਕੌਣ? ਓ ਰੱਬਾ ਮੇਰਿਆ, ਮੈਂ ਲੁੱਟੀ ਗਈ, ਕਿੱਦਾਂ ਮਰਿਆ, ਕਿਹਨੇ ਮਾਰਿਆ, ਕਦੋਂ ਮਰਿਆ, ਅੱਜ ਮਰਿਆ, ਕੱਲ ਮਰਿਆ, ਪਿਛਲੇ ਸਾਲ ਮਰਿਆ, ਅਗਲੇ ਸਾਲ ਮਰਿਆ, ਮਰਿਆ ਹੀ ਨਹੀਂ। ਮੈਨੂੰ ਸਾਰੀ ਦੀ ਸਾਰੀ ਇਨਫੋਰਮੇਸ਼ਨ ਚਾਹੀਦੀ ਆ, ਡਿਟੇਲ ਵਿੱਚ ਦੱਸੋ। ਉਹ ਭੈਣੇ ਕੀ ਹੋਇਆ? ਉਹ ਭੈਣੇ ਮੇਰਾ ਘਰ ਵਾਲਾ ਮਰ ਗਿਆ। ਉਹ ਪਰ ਸਾਨੂੰ ਕੀ, ਅਸੀਂ ਕੀ ਲੈਣਾ? ਮੈਨੂੰ ਤਾਂ ਕੋਈ ਕੇਅਰ ਨਹੀਂ। ਭੈਣੇ ਤੈਨੂੰ ਪਤਾ ਬਲਵਿੰਦਰ ਦੀ ਕੁੜੀ ਹਲੇ 3 ਮਹੀਨੇ ਨਹੀਂ ਹੋਏ ਵਿਆਹ ਨੂੰ ਤੇ ਉਹ 6 ਮਹੀਨੇ ਪ੍ਰੈਗਨੈਂਟ ਆ। ਤੈਨੂੰ ਕਿਵੇਂ ਪਤਾ? ਉਹ ਭੈਣੇ ਮੈਨੂੰ ਕੀ ਨਹੀਂ ਪਤਾ, ਜਿਹੜੇ ਹੋਟਲ ਦੇ ਵਿੱਚ ਉਹ ਬੇਬੀ ਬਣਾਉਂਦੇ ਸੀ ਉਹਦੇ ਨਾਂ ਦੇ ਕਮਰੇ 'ਚ ਮੈਂ ਆਪਣਾ ਬੇਬੀ ਬਣਾਉਣੀ ਸੀ। ਸਾਰੇ ਲੱਛਣ ਇਹਨਾਂ ਦੇ ਮੈਨੂੰ ਸੁਣਦੇ ਸੀ। ਹਾਂ, ਉਹ ਚਲੋ ਸਾਨੂੰ ਕੀ, ਅਸੀਂ ਕੀ ਲੈਣਾ? ਉਹ ਮੇਰਾ ਘਰ ਵਾਲਾ ਤਾਂ ਗੇ ਆ। ਉਹ ਪਰ ਸਾਨੂੰ ਕੀ, ਭੈਣੇ ਭੈਣੇ ਆ ਕੀ ਹੋ ਰਿਹਾ ਆ? ਤੈਨੂੰ ਪਤਾ ਨਹੀਂ ਅੱਜ ਦੁਨੀਆ ਮੁੱਕ ਜਾਣੀ ਆ। ਪਰ ਸਾਨੂੰ ਕੀ, ਮੁੱਕੀ ਜਾਵੇ ਦੁਨੀਆ, ਅਸੀਂ ਕੀ ਲੈਣਾ? ਭੈਣੇ ਤੈਨੂੰ ਪਤਾ ਲੱਗਿਆ ਬਲਪ੍ਰੀਤ ਮਰ ਗਈ? ਸੱਚੀ? ਮੈਨੂੰ ਦੱਸਿਆ ਵੀ ਨਹੀਂ ਕਿ ਮੈਂ ਮਰਨ ਲੱਗੀ। ਹਾਏ, ਮੈਂ ਮਰ ਜਾ, ਕੋਈ ਹੈਗੀ ਸ਼ਰਮ? ਇੰਨੇ ਗਿਰੇ ਉਹ ਲੋਕ। ਉਹ ਚਲੋ ਸਾਨੂੰ ਕੀ, ਅਸੀਂ ਕੀ ਲੈਣਾ? ਜਦੋਂ ਮੈਂ ਮਰੂੰਗੀ ਮੈਂ ਵੀ ਨਹੀਂ ਦੱਸਣਾ। ਭੈਣੇ ਤੈਂ ਸੱਧੂਆਂ ਦੀ ਕੁੜੀ ਦੇਖੀ ਸੀਗੀ ਵਿਆਹ ਤੇ? ਕਿਹੜੀ? ਉਹ ਹੈ ਨੀ, ਉਹ 500 ਕਿਲੋ ਦੀ ਮੱਝ ਜਿਹਦਾ ਸੂਟ ਪਾਟਣ ਨੂੰ ਫਿਰਦਾ ਸੀ। ਓ ਹਾ 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 ਹਾ, ਉਹ ਡੰਪ ਟਰੱਕ, ਉਹ ਵਿਆਹ ਤੇ 10 ਵਾਰੀ ਉੱਠੀ ਰੋਟੀ ਖਾਣ ਨੂੰ। ਤੈਨੂੰ ਕਿਵੇਂ ਪਤਾ? ਉਹਨੂੰ ਰੰਗੀ ਹੱਥੀ ਫੜਨ ਲਈ ਮੈਨੂੰ ਵੀ 10 ਵਾਰੀ ਖਾਣਾ ਪਿਆ। ਓਏ ਹੋਏ ਹੋਏ ਹੋਏ, ਪਰ ਸਾਨੂੰ ਕੀ, ਅਸੀਂ ਕੀ ਲੈਣਾ? ਉਹਦਾ ਆਪਣਾ ਸਰੀਰ ਆ, ਜੋ ਮਰਜ਼ੀ ਕਰੇ, ਅਸੀਂ ਕੌਣ ਹੁੰਦੇ ਉਹਨੂੰ ਕਹਿਣ ਵਾਲੇ? ਹਾਂ, ਸਾਨੂੰ ਕੀ। ਇੱਕ ਮਿੰਟ ਭੈਣੇ। ਹੈਲੋ, ਓਕੇ ਓਕੇ ਭੈਣੇ, ਬ੍ਰੇਕਿੰਗ ਨਿਊਜ਼, ਬ੍ਰੇਕਿੰਗ ਨਿਊਜ਼। ਦੱਸ ਭੈਣੇ, ਦੱਸ 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 ਦੱਸ। ਉਹ ਭੈਣੇ ਮੈਨੂੰ ਕੈਂਸਰ ਹੋ ਗਿਆ। ਉਹ ਪਰ ਸਾਨੂੰ, ਉਹ ਚਲੋ ਸਾਨੂੰ ਕੀ, ਅਸੀਂ ਕੀ ਲੈਣਾ? ਅੰਮਾ ਕੀ ਹੋਇਆ? ਕੁੱਤੇ ਆ, ਤੇਰੀ ਇੱਥੇ ਮਾਂ ਮਰਨ ਲੱਗੀ ਆ ਤੇ ਤੂੰ ਕਹਿੰਦਾ ਸਾਨੂੰ ਕੀ? ਮੈਂ ਤੈਨੂੰ ਦੱਸਦੀ ਆ, ਤੇਰੀ ਉਹ ਮਾਂ ਨੂੰ। ਉਹ ਨਹੀਂ ਮੰਮੀ, ਮੈਂ ਤਾਂ ਫੋਨ 'ਚ ਗੱਲ ਕਰਦਾ ਸੀ। ਨਹੀਂ, ਓ ਮਾਈ ਗੋਡ।